ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧਕ ਡੇਅਰੀ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਸਰਾਵਾਂ ਬੋਦਲਾ, ਇਹ ਪਿੰਡ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਅਤੇ ਇਹ ਤਹਿਸੀਲ ਇਹਨੂੰ ਮਲੋਟ ਪੈਂਦੀ ਆ, ਮਲੋਟ ਦੇ ਬਿਲਕੁਲ ਨੇੜ ਦਾ ਇਹ ਪਿੰਡ। ਜਿਹੜੇ ਘਰ 'ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਅਤੇ ਇਹਦੇ ਕੋਲ ਮੱਝਾਂ ਜ਼ਿਆਦਾ ਅਤੇ ਨਾਲ ਗਾਵਾਂ ਵੀ ਵਿਕਰੀ ਵਾਲੀਆਂ ਆਉਂਦੀਆਂ ਰਹਿੰਦੀਆਂ। ਅੱਜ ਦੀ ਜਿਹੜੀ ਵੀਡੀਓ ਹੈ ਇਹਦੇ 'ਚ ਦੋ ਮੱਝਾਂ ਅਤੇ ਇੱਕ ਸਾਹੀਵਾਲ ਨਸਲ 'ਚ ਪੈਂਦੀ ਗਾਂ ਤੁਹਾਨੂੰ ਦਿਖਾਉਣੀ ਹੈ। ਟੋਟਲ ਨਾਗ ਇਸ ਵੀਡੀਓ ਦੇ 3 ਰਹਿਣਗੇ। ਪਹਿਲੇ ਨੰਬਰ 'ਤੇ ਜਿਹੜੀ ਮੱਝ ਖੜੀ ਹੈ ਦੱਸੋ ਇਹ ਬੜੀ ਸੋਹਣੀ ਤਿਆਰ ਹੋਈ ਵੀ ਹੈ। ਮੈਂ ਇਸੇ 'ਤੇ ਕੈਮਰਾ ਇਸ ਕਰਕੇ ਰੋਕ ਲਿਆ ਸੀ ਵੀ ਇੱਕ ਵਾਰ ਤੁਹਾਨੂੰ ਇਹ ਚੰਗੀ ਤਰ੍ਹਾਂ ਦਿਖਾ ਕੇ ਫਿਰ ਅੱਗੇ ਆਪਾਂ ਤੁਰਾਂਗੇ, ਫਿਰ ਤੁਹਾਨੂੰ ਗਾਂ ਦਿਖਾਉਣੀ ਹੈ ਅਤੇ ਉਦੋਂ ਬਾਅਦ 'ਚ ਲਾਸਟ ਉੱਤੇ ਇੱਕ ਬਹੁਤ ਵੱਡੀ ਝੋਟੀ ਜਿਹੜੀ ਉਹ ਵੀ ਤੁਹਾਨੂੰ ਦਿਖਾਊਂਗਾ। ਪਰ ਬਾਈ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਹੀ ਤੁਸੀਂ ਇਸ ਮੱਝ ਦੇ ਥਣ ਹਵਾਨੇ 'ਤੇ ਨਿਗਾਹ ਮਾਰੋ, ਥਣਾਂ 'ਚ ਬਿੱਥੀ ਦੇਖੋ, ਹਵਾਨੇ ਦਾ ਆਕਾਰ ਦੇਖੋ, ਫਿਰ ਆਪਾਂ ਸ਼ੁਰੂਆਤ ਕਰਾਂਗੇ, ਗੱਲਬਾਤ ਕਰਦੇ ਹਾਂ। ਸੋ ਇਹ ਗਾਂ ਦੱਸੋ ਜਿਹੜੀ ਵਿਕਰੀ ਵਾਲੀ ਹੈ, ਚੰਗੇ ਦੁੱਧ ਵਾਲੀ ਬਾਈ ਦੱਸਦਾ ਨਸਲ ਜ਼ਿਆਦਾ ਪੱਖ ਸਾਹੀਵਾਲ ਵਾਲਾ, ਪਰ ਇਹਦੀ ਪਿਓਰਟੀ ਬਾਰੇ ਗੱਲਬਾਤ ਤੁਸੀਂ ਵੀਰ ਨਾਲ ਕਰ ਲਓ ਜਾਂ ਇਹਦੇ ਢਾਂਚੇ ਤੋਂ ਦੇਖਿਓ ਵੀ ਤੁਹਾਨੂੰ ਇਹ ਸਾਹੀਵਾਲ ਦੇ ਵਿੱਚ ਕਿੰਨੇ ਪਰਸੈਂਟ ਦਿਸਦੀ ਹੈ। ਜ਼ਿਆਦਾ ਤੁਸੀਂ ਦੇਖੋਗੇ ਧੁੰਨ ਵੀ ਹੈ, ਅੱਗੇ ਧੌਣ ਦੇ ਥੱਲੇ ਝਾਲਰ ਵੀ ਹੈਗੀ ਹੈ, ਬਾਕੀ ਜੋ ਸਟਰਕਚਰ ਆ ਉਹ ਤੁਹਾਡੇ ਸਾਹਮਣੇ। ਅਤੇ ਇੱਕ ਝੋਟੀ ਤੁਹਾਨੂੰ ਦਿਖਾਉਣੀ ਹੈ ਦੱਸੋ, ਇਹ ਤਾਂ ਨਗੀਨਾ ਹੀ ਆ ਅੱਜ ਦੇ ਟਾਈਮ ਦਾ। ਤੁਸੀਂ ਇਹਦੇ ਪਿੱਠਪੁੜੇ ਦੀ ਬਣਾਵਟ, ਇਹਦੀ ਲੰਬਾਈ ਅਤੇ ਉਚਾਈ ਨੋਟ ਕਰਿਓ, ਸਿੰਗ ਤੋਂ ਲੈ ਕੇ ਸ਼ੁਰੂ ਹੋ ਜਾਓ ਜੇ ਅਤੇ ਥਣ ਹਵਾਨੇ ਤੱਕ ਸੋਹਣੀ ਝੋਟੀ ਹੈ। ਸੋ ਆਪਾਂ ਇਹਦੇ ਸੰਬੰਧੀ ਵੀ ਗੱਲਬਾਤ ਕਰਾਂਗੇ। ਆਓ ਸ਼ੁਰੂਆਤ ਕਰੀਏ ਪਹਿਲੇ ਨੰਬਰ ਵਾਲੀ ਮੱਝ, ਜਿਹੜੀ ਆਮ ਪਸ਼ੂ ਪਾਲਕ ਨੂੰ ਪਸੰਦ ਆਉਣੀ ਹੈ, ਚੰਗੇ ਦੁੱਧ ਦੀ ਮਾਲਕਣ ਲੱਗਦੀ ਹੈ ਥਣ ਹਵਾਨੇ ਵਾਲੇ ਪੱਖ ਤੋਂ, ਬਾਕੀ ਬਾਈ ਦੱਸ ਦੂਗਾ ਵੀ ਇਹਦਾ ਦੁੱਧ ਦਾ ਰਿਕਾਰਡ ਕੀ ਰਿਹਾ। ਆਓ ਇੱਥੋਂ ਸ਼ੁਰੂ ਕਰਦੇ ਹਾਂ ਵੀਡੀਓ। ਹਰਮਨ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਹਰਮਨ ਅੱਜ ਆਪਾਂ 3 ਨਾਗ ਦਿਖਾਉਣੇ ਆ। ਹਾਂਜੀ ਵੀਰ ਜੀ। ਪਹਿਲੇ ਨੰਬਰ 'ਤੇ ਮੱਝ ਕਿੰਨਵਾਂ ਸੂਆ ਸੂ? ਇਹ ਤੀਜਾ ਸੂਆ ਵੀਰ ਜੀ। ਕਿੰਨਾ ਚਿਰ ਲਊਗੀ ਸੂਣ 'ਚ? ਦਿਨ ਜਿਹੜੇ ਮਾਲਕ ਨੇ ਦੱਸੇ ਵੀਰ ਜੀ ਵੀ ਹਫ਼ਤਾ ਲੈ ਜਾਈਏ, 7-8 ਦਿਨ। ਪਰ ਕਈ ਵਾਰ ਗੱਡੀ ਦੇ ਚੜ੍ਹਨ ਦੇ ਨਾਲ ਦੂਜੀ ਥਾਂ 'ਤੇ ਆਉਣ ਨਾਲ ਕਈ ਵਾਰ 2-4 ਦਿਨ ਪਸ਼ੂ ਪਹਿਲਾਂ ਸੋ ਜਾਂਦਾ ਹੈ। ਠੀਕ ਹੈ। ਹਾਂਜੀ। ਵੈਸੇ ਹਫ਼ਤਾ ਹਜੇ ਮੰਨ ਕੇ ਚੱਲੀਏ, ਲੈ ਸਕਦੇ। ਹਾਂਜੀ ਹਾਂਜੀ। ਬਾਕੀ ਤਿਆਰੀ ਹੁਣ ਵੀ ਬਹੁਤ ਹੈ, ਮੱਝ ਜੇ ਅੱਜ ਵੀ ਸੂੰਦੀ ਹੈ ਜਾਂ ਸਵੇਰੇ ਜਦੋਂ ਵੀ ਸੂੰਦੀ ਹੈ 1-2 ਦਿਨਾਂ ਨੂੰ ਵੀ ਤਿਆਰੀ ਬਹੁਤ ਹੈ, ਸੂੰਦਿਆਂ ਤੀਕ ਵੀ ਮੱਝ ਨੇ ਬੰਨਣਾ ਹੀ ਹੈ ਜੀ। ਸਹੀ ਹੈ। ਸੋ ਦੋਸਤੋ ਤਿਆਰੀ ਵੱਲੋਂ ਕੋਈ ਕਮੀ ਨਹੀਂ, ਵਾਕਈ ਹਵਾਨਾ ਪਛਾਣ ਨੂੰ ਫੁੱਲ ਹੈ, ਅੱਗੇ ਨੂੰ ਫੁੱਲ ਹੈ। ਅਤੇ ਇਹਦੀ ਖਾਸ ਚੀਜ਼ ਜਿਹੜੀ ਦੇਖ ਰਹੇ ਹਾਂ ਥਣਾਂ 'ਚ ਬਿੱਥੀ ਨੋਟ ਕਰਿਓ, ਅਗਾੜੀ ਚੰਗੀ ਹੈ। ਦੂਜੇ ਪਾਸੇ ਵੀ ਨਾੜਾਂ ਦਿਖਾਊਂਗਾ। ਹਰਮਨ ਰੇਟ ਇਹਦਾ ਬਾਈ ਕੀ ਰੱਖਦੇ? ਰੇਟ ਵੀਰੇ ਫੋਨ 'ਤੇ ਕਰ ਲਾਂਗੇ ਜੀ, ਸਾਰੇ ਪਸ਼ੂਆਂ ਦੇ? ਹਾਂਜੀ ਫੋਨ 'ਤੇ ਜੀ। ਸੋ ਦੱਸੋ ਰੇਟ ਸਾਰੇ ਪਸ਼ੂਆਂ ਦੇ ਫੋਨ 'ਤੇ ਹੈ। ਤੁਸੀਂ ਇਹਦੇ ਇੱਧਰਲੇ ਪਾਸੋਂ ਥਣਾਂ ਦੇ ਵਿੱਚ ਬਿੱਥੀ ਅਤੇ ਹਵਾਨੇ ਦੇ ਉੱਤੇ ਨਾੜਾਂ ਦੇਖੋ, ਗੁੰਦੀ ਪਈ ਹੈ ਮੱਝ ਦੋਸਤੋ ਨਾੜਾਂ ਦੇ ਨਾਲ, ਚੰਗੇ ਦੁੱਧ ਦੀ ਮਾਲਕਣ ਹੈ। ਦੁੱਧ ਵੀਡੀਓ 'ਚ ਇਸ ਕਰਕੇ ਨਹੀਂ ਬੁਲਾਇਆ ਜਾਂਦਾ ਵੀ ਕਈ ਵਾਰਾਂ ਪਸ਼ੂ ਨਾ ਉਹਨਾਂ ਜਿੰਦਾ ਨਹੀਂ, ਸੇਵਾ ਘੱਟ ਹੋ ਜਾਂਦੀ ਹੈ ਜਾਂ ਕਈ ਵਾਰਾਂ ਪਸ਼ੂ ਦੇ ਸੂਏ 'ਤੇ ਡਿਪੈਂਡ ਕਰਦਾ, ਫਿਰ ਲਾਂਭੇ ਬਣਦੇ ਆ। ਬਿਹਤਰ ਇਹ ਆ ਵੀ ਜਿਹੜਾ ਭਰਾ ਖਰੀਦਣਾ ਚਾਹੇ ਦੇਖੋ ਤੁਸੀਂ ਇਸ ਮੱਝ ਤੋਂ ਕਿੰਨਾ ਦੁੱਧ ਚੋ ਸਕਦੇ ਹੋ, ਆਪਦੀ ਸਮਝ ਵਰਤਿਓ। ਪਰ ਜੋ ਚੀਜ਼ ਦਿਸਦੀ ਹੈ ਥਣ ਹਵਾਨੇ ਵਾਲੇ ਪੱਖ ਤੋਂ ਹੀ ਦੇਖ ਸਕਦੇ ਹਾਂ ਕਿਉਂਕਿ ਗੱਭਣ ਪਸ਼ੂ ਹੈ, ਤਾਂ ਇੱਥੋਂ ਇਹ ਚੰਗੇ ਦੁੱਧ ਵਾਲੀ ਮੱਝ ਜਿਹੜੀ ਉਹ ਨਜ਼ਰ ਪੈਂਦੀ ਹੈ। ਤੋਰਦੇ ਹਾਂ ਇਹਨੂੰ ਖੋਲ੍ਹ ਲਾ ਬਾਈ, ਸਿੰਗ ਦਾ ਡਿਜ਼ਾਇਨ ਦੇਖ ਲਓ ਦੋਸਤੋ, ਥੋੜ੍ਹਾ ਜਿਹਾ ਉੱਤੇ ਖੁੱਲ੍ਹਾ ਰੁਕਿਆ ਹੋਇਆ। ਦੁੱਧ ਵਾਲੇ ਪੱਖ ਤੋਂ ਬੜੀ ਚੰਗੀ ਰਹੂਗੀ ਮੱਝ, ਕਿੰਨਾ ਚੋਂਗੇ ਉਹ ਤੁਹਾਡੀ ਸਮਝ ਆ, ਤੁਸੀਂ ਇਹਦਾ ਜਿੰਨਾ ਮਰਜ਼ੀ ਚੋ ਲਿਓ ਆਪਦੀ ਸੇਵਾ ਨਾ। ਪਰ ਢਾਂਚੇ ਦੀ ਬਣਾਵਟ ਦੇਖ ਲਓ, ਮੀਡੀਅਮ ਜੀ ਹਾਈਟ ਦੇ ਵਿੱਚ ਦੱਸੋ ਇਹ ਮੱਝ ਤਿਆਰ ਬੜੀ ਸੋਹਣੀ ਹੋਈ ਹੈ। ਹਰਮਨ ਸਿੱਧੀ ਗੇਟ ਵੱਲ ਨੂੰ ਲੈ ਜੀ ਬਾਈ, ਥੋੜ੍ਹਾ ਢਿੱਲੀ ਛੱਡ ਕੇ ਤੋਰੀ ਚੱਲ। ਸੋ ਦੱਸੋ ਤੋਰ ਤੂਰ ਮੱਝ ਦੀ ਦੇਖੋ ਤੁਸੀਂ, ਥੋੜ੍ਹਾ ਜਿਹਾ ਉੱਪਰਾ ਬੰਦਾ ਸਮਝ ਕੇ ਡਰਦੀ ਹੈ, ਪਰ ਕੈਮਰੇ ਤੋਂ ਕਰਦੀ ਥੋੜ੍ਹਾ ਜਿਹਾ ਜੀ। ਠੀਕ ਹੈ। ਉਹ ਤਾਂ ਭਾਵੇਂ ਰਸਾ ਖੋਲ ਰਸਾ ਛੱਡ ਕੇ ਉੱਤੇ ਅਤੇ ਆਪ ਥੱਲੇ ਬਹਿ ਗਈ। ਅੱਛਾ। ਹਾਂ ਸੁਭਾਅ ਬਹੁਤ ਠੰਡਾ ਹੀ ਹੁੰਦਾ। ਠੀਕ ਹੈ। ਸੁਭਾਅ ਦੀ ਤਾਂ ਵੇਖ ਲਓ।
ਠੀਕ ਹੈ ਸਰ। ਦੋਸਤੋ ਵੈਸੇ ਤਾਂ ਇਹ ਬਾਈ ਕਹਿੰਦਾ ਭਾਵੇਂ ਰਸਤਾ ਉੱਤੇ ਸਿੱਟ ਕੇ ਬੈਠੇ ਰਹੋ ਪਰ ਉੱਪਰੇ ਬੰਦੇ ਤੋਂ ਕਈ ਵਾਰ ਪਸ਼ੂ ਡਰਨ ਲੱਗ ਜਾਂਦਾ। ਸਿੱਧੀ ਲੈ ਜੀ ਬਾਈ ਫਿਰ ਲਓ ਜੀ, ਤੁਸੀਂ ਹਵਾਨਾ ਦੇਖੋ, ਥਣ ਦੇਖੋ, ਇਹਦੇ ਥਣਾਂ 'ਚ ਮਿੱਠੀ ਬਹੁਤ ਚੰਗੀ, ਇੱਕ ਇਹਦੇ ਵੈਸੇ ਮੱਝਾਂ ਦੇ ਘੱਟ ਦਿਸਦੇ ਆ ਅਤੇ ਜੇ ਆ ਵੀ ਜਾਵੇ ਤਾਂ ਵੈਸੇ ਜਿਵੇਂ ਇੱਕ ਅੱਧੀ ਇੰਚ ਸਿਰਫ ਨਿਸ਼ਾਨ ਜਿਹੜਾ ਹੁੰਦਾ ਇੱਕ ਸਾਈਡ 'ਤੇ ਉਹ ਥਣ ਦਾ ਵੱਖਰਾ ਨਿਸ਼ਾਨ ਹੈਗਾ, ਬਾਕੀ ਬਿਨਾਂ ਝਿਜਕ ਤੁਸੀਂ ਇਸ ਪੱਖ ਤੋਂ ਮੱਝ ਆ ਕੇ ਦੇਖ ਸਕਦੇ ਹੋ ਵੀ ਉਹ ਥਣ ਜਿਹੜਾ ਉਹ ਵੈਸੇ ਨਿਸ਼ਾਨ ਹੀ ਹੈ। ਸੋ ਹਵਾਨਾ ਜਿਹੜਾ ਉਹ ਬੜਾ ਸੋਹਣਾ, ਤੁਹਾਨੂੰ ਇਸ ਸਾਈਡ ਤੋਂ ਮੈਂ ਥਣ ਪਹਿਲਾਂ ਦਿਖਾ ਚੁੱਕਿਆ, ਬਿੱਥੀ ਦੇਖ ਲਓ, ਹਰਮਨ ਪਰਲੇ ਪਾਸੇ ਤੋਂ ਥਣ ਦਿਖਾਉਂਦੇ ਹਾਂ ਬਾਈ ਮਾੜਾ ਜਿਹਾ ਤੋਰੀ। ਸੋ ਇਸ ਸਾਈਡ ਤੋਂ ਵੀ ਤੁਸੀਂ ਥਣ ਥੋੜ੍ਹਾ ਤੋਰੀ ਬਾਈ ਪੈਰ, ਇੱਧਰੋਂ ਵੀ ਤੁਸੀਂ ਹੁਣ ਥਣ ਦੇਖ ਲਿਓ। ਸੋ ਦੱਸੋ ਥੋੜ੍ਹਾ ਜ਼ੂਮ ਕਰਦੇ ਹਾਂ ਕਿਉਂਕਿ ਮੱਝ ਕਈ ਵਾਰ ਕੋਲ ਜਾਂਦੇ ਤਾਂ ਡਰਦੀ ਹੈ। ਹੁਣ ਤੁਸੀਂ ਜਿਹੜੀ ਮੈਂ ਸ਼ਾਖ ਵੱਖਰੀ ਕਹੀ ਹੈ ਨੋਟ ਕਰ ਲਿਓ, ਵੈਸੇ ਹੀ ਨਿਸ਼ਾਨ ਹੀ ਹੈ, ਕੋਈ ਡਰ ਵਾਲੀ ਗੱਲ ਨਹੀਂ ਹੈ। ਵੈਸੇ ਇਹ ਦੱਸਿਆ ਇਸ ਕਰਕੇ ਜਾਂਦਾ ਵੀ ਕੋਈ ਵੀ ਭਰਾ ਜਿਹੜੀ ਚੀਜ਼ ਦੇਖੇ, ਘੱਟੋ ਘੱਟ ਮੇਰੇ ਚੈਨਲ 'ਤੇ ਤੁਹਾਨੂੰ ਫਰਕ ਨਾ ਬਹੁਤ ਨਜ਼ਰ ਆਵੇ। ਲੈ ਚੱਲ ਬਾਈ, ਬਾਕੀ ਪਸ਼ੂ ਖਰੀਦਣਾ ਉਹਦੀ ਤਸੱਲੀ ਕਰਨਾ ਤੁਹਾਡਾ ਹੱਕ ਹੁੰਦਾ, ਮੈਂ ਸਿਰਫ ਵੀਡੀਓ ਬਣਾਉਣ ਦਾ ਅਤੇ ਪਸ਼ੂ ਤੁਹਾਨੂੰ ਦਿਖਾਉਣ ਦਾ ਕੰਮ ਕਰਦਾ। ਇਹਦੋਂ ਅੱਗੇ ਇਨਫੋਰਮੇਸ਼ਨ ਬਾਈ ਨੇ ਤੁਹਾਨੂੰ ਦੱਸਤੀ ਹੈ, ਤੁਸੀਂ ਇਸ ਅੰਦਾਜ਼ਾ ਲਾ ਲਓ ਵੀ ਤੁਹਾਡੇ ਲਈ ਇਹ ਪਸ਼ੂ ਜਿਹੜੇ ਦਿਖਾਊਂਗਾ ਕਿਸੇ ਵੀ ਵੀਡੀਓ 'ਚ ਦਿਖਾਉਣਾ ਉਹ ਕਿੰਨੇ ਕੁ ਫਾਇਦੇਮੰਦ ਹੈ। ਚੰਗਾ ਹਵਾਨਾ ਦੱਸੋ ਤਿਆਰ ਹੈ ਇਸ ਟਾਈਮ ਮੱਝ ਦਾ, ਉੱਤੋਂ ਬਰੀਕ ਚਮੜੀ ਦੀ ਹੈ ਬਿਲਕੁਲ, ਮਾੜੀ ਤੋਰ ਕੇ ਬੰਨ੍ਹ ਦੇ ਬਾਈ। ਸੋ ਫਿਰ ਦੇਖੋ ਹਵਾਨਾ ਦੱਸੋ ਕਰਮ ਵਾਲੀ ਦਾ, ਜਿੰਨਾ ਟਾਈਮ ਮਰਜ਼ੀ ਇੱਦਾਂ ਦਾ ਤਿਆਰ ਹੋਇਆ ਪਸ਼ੂ ਦਿਖਾਈ ਜਾਈਏ। ਲਿਆ ਬਾਈ, ਪਹਿਲੇ ਨੰਬਰ 'ਤੇ ਮੱਝ ਸੀਗੀ ਜਿਹੜੀ ਤੁਹਾਨੂੰ ਦਿਖਾ ਰਿਹਾ, ਰੇਟ ਫੋਨ 'ਤੇ ਆ, ਸਾਰੇ ਪਸ਼ੂਆਂ ਦੇ ਰੇਟ ਫੋਨ 'ਤੇ ਰਹਿਣੇ ਆ। ਕਾਰਨ ਇਹ ਆ ਵੀ ਜਦੋਂ ਕੋਈ ਵੀ ਭਰਾ ਵਪਾਰ ਦਾ ਕੰਮ ਕਰਦਾ ਤਾਂ ਉਹਦੇ ਕੋਲ ਹੋਰ ਉਸੇ ਕਿੱਤੇ ਨਾਲ ਸੰਬੰਧਿਤ ਵੀਰ ਆਉਂਦੇ ਰਹਿੰਦੇ ਆ, ਜਿਨ੍ਹਾਂ ਨੇ ਗਾਂਹ ਲਿਜਾ ਕੇ ਕਈ ਵਾਰਾਂ ਪਸ਼ੂ ਵੇਚਣਾ ਹੁੰਦਾ। ਦੂਜਾ ਕਈ ਵਾਰਾਂ ਕੋਈ ਸੌਦਾ ਕਰਾਉਣ ਵਾਲਾ ਭਰਾ ਆ ਜਾਂਦਾ ਅਤੇ ਉਹਨੇ ਵੀ ਰੋਟੀ ਕਮਾਉਣੀ ਹੈ, ਫਿਰ ਰੇਟ ਇਹਦੇ ਕਰਕੇ ਪਰਦੇ 'ਚ ਹੀ ਰੱਖਣੇ ਪੈਂਦੇ ਆ ਜ਼ਿਆਦਾ ਥਾਵਾਂ ਦੇ ਉੱਤੇ। ਵਪਾਰੀ ਵੀ ਆਉਂਦੇ ਰਹਿੰਦੇ ਆ, ਬਾਕੀ ਹੈ ਨਾ ਆਪਣੇ ਕੁਛ ਇੱਧਰ ਮੰਡੀ ਡਬਲ ਹੀ ਲਾਗੇ ਪੈ ਜਾਂਦੀ ਆ ਜੀ, ਇੱਕ ਐਤਵਾਰ ਆ ਜਾਂਦਾ ਜੀ, ਉਹਦੇ ਕਰਕੇ ਲਾਗੇ ਜਿਵੇਂ ਆ ਗਿਆ ਜੀ। ਠੀਕ ਹੈ, ਅਤੇ ਫਿਰ ਵਪਾਰੀ ਵੀ ਆਉਂਦੇ ਆ ਜੀ। ਠੀਕ ਹੈ, ਚੰਗਾ ਜਾਨਵਰ ਲਈਦਾ, ਵਪਾਰੀ ਨੂੰ ਵੀ ਹੁੰਦਾ ਵੀ ਚੰਗਾ ਜਾਨਵਰ ਲਈਏ ਜੀ। ਸਹੀ ਹੈ, ਹਾਂਜੀ, ਤਾਂ ਕਰਕੇ ਵੀ ਵੀਡੀਓ ਅਤੇ ਫੋਨ 'ਤੇ ਆਪਾਂ ਰੇਟ ਰੱਖਦੇ ਹਾਂ ਜੀ। ਠੀਕ ਹੈ, ਹਾਂਜੀ, ਹਰਮਨ ਜਿਹੜੀ ਹੈ ਗਾਂ, ਹਾਂਜੀ ਵੀਰ, ਕਿਨਵਾਂ ਸੋਆ ਸੋਊਗੀ? ਸੋਆ ਵੀਰ ਜੀ ਮਾਲਕਾਂ ਨੇ ਤਾਂ ਦੱਸਿਆ ਦੂਜਾ ਜੀ, ਪਰ ਆਪਾਂ ਤੀਜਾ ਕਹਿ ਕੇ ਦੇਵਾਂਗੇ ਕਿਉਂਕਿ ਕਈ ਵਾਰ ਐਂ ਮਾਲਕਾ ਸੂਆ ਘੱਟ ਵੱਧ ਦੱਸ ਦਿੰਦਾ ਜੀ। ਠੀਕ ਹੈ, ਜਿਹੜਾ ਸਹੀ ਹੈ ਵੈਸੇ ਸੂਆ ਹੁਣ ਤੀਜਾ ਹੀ ਹੈ ਜੀ। ਤੀਜਾ ਸੂਆ, ਹਾਂਜੀ ਵੀਰ ਜੀ। ਕਿੰਨਾ ਚਿਰ ਲੈ ਜੂਗੀ ਸੂਨ? ਦਿਨ ਮਾਲਕਾਂ ਦੇ ਦੱਸਣ ਮੁਤਾਬਕ ਜੀ 10 ਦਿਨ ਪੈਣੇ ਜੀ। ਖੋਲੀ ਬਾਈ ਨੂੰ ਦੋਸਤੋ, 10 ਦਿਨ ਪਏ ਹੈ, ਸੂਆ ਤੀਜਾ, ਹਵਾਨਾ ਹੁਣ ਵੀ ਚੰਗਾ, 10 ਦਿਨ ਬਾਕੀ ਹੈ। ਬਰੀਡ ਨਸਲ ਜਿਹੜੀ ਆ ਉਹ ਸਾਹੀਵਾਲ, ਥਣ ਸੋਹਣੇ ਹੈ, ਹਵਾਨਾ ਚੰਗਾ ਹੈ। ਸੋ ਦੋਸਤੋ ਥਣ ਹਵਾਨਾ ਕੱਦ ਕਾਠ ਤੁਸੀਂ ਬੈਠਦਾ ਦੇਖੋ, ਤੀਜਾ ਸੂਆ ਸੁਣਦੀ ਹੈ, ਚੰਗਾ ਥਣ ਹਵਾਨਾ ਭਰਨਾ ਇਹਨੇ, ਹਜੇ ਦਿਨ ਪਏ ਹੈ। ਵੈਸੇ ਇਹ ਸੀਲ ਸ਼ਰੀਫ ਹੀ ਹੈ, ਜਿਵੇਂ ਮਰਜ਼ੀ ਬੈਠਾ ਰਹੇ ਥੱਲੇ, ਕੋਈ ਚੱਕਰ ਨਹੀਂ ਗਾ ਜੀ। ਅੱਛਾ, ਹਾਂਜੀ, ਲੈ ਚੱਲ, ਬੱਚੇ ਤੋਂ ਬਗੈਰ ਹੀ ਉਹ ਮਾਲਕਾਂ ਨੇ ਦੱਸਿਆ ਵੀ ਆਪਾਂ ਚੁੰਦੇ ਰਹੇ, ਪਿਛਲੇ ਸੂਏ ਦੀ ਆਪਣੀ ਵੇਖੀ ਭਰਦੀ ਬਹੁਤ ਚੰਗੀ ਹੈ ਵੈੜ ਜੀ। ਠੀਕ ਹੈ, ਸੋ ਤਿਆਰ ਬਾਈ ਕਹਿੰਦਾ ਬਹੁਤ ਹੁੰਦੀ ਹੈ, ਬਾਕੀ ਤੁਸੀਂ ਦੇਖ ਲਿਓ ਵੀ ਤੁਹਾਡੇ ਕੋਲ ਆ ਕੇ ਕਿੰਨੀ ਕੁ ਇਹ ਬਣ ਜੂਗੀ। ਇਹ ਤੁਸੀਂ ਦੱਸੋ 2 ਨੰਬਰ ਦੇ ਉੱਤੇ ਇਸ ਵੈੜ ਨੂੰ ਦੇਖ ਰਹੇ ਹੋ, ਬੰਦੇ ਬਾਈ। ਸੋ ਜੇ ਕੋਈ ਭਰਾ ਦੇਸੀ ਨਸਲਾਂ ਦੇ ਉੱਤੇ ਕੰਮ ਕਰਨਾ ਚਾਹੁੰਦਾ ਤਾਂ ਇਹਦੇ ਤੋਂ ਤੁਸੀਂ ਪਿਓਰ ਸਾਹੀਵਾਲ ਤਿਆਰ ਕਰ ਸਕਦੇ ਹੋ।
ਬਾਕੀ ਇਹ ਨਸਲ ਬਾਰੇ ਮੈਨੂੰ ਬਹੁਤੀ ਉਸ ਪੱਖ ਤੋਂ ਨੌਲੇਜ ਨਹੀਂ ਵੀ ਪਿਓਰਿਟੀ ਕਿੱਥੋਂ ਕਿੱਥੋਂ ਜੱਜਮੈਂਟ ਹੋਣੀ ਹੈ। ਸਹੀ ਹੈ, ਉਹ ਆਪਦਾ ਆਣ ਕੇ ਬੰਦਾ ਆਪਦਾ ਵੇਖ ਲਏ ਜਾਣ ਕੇ ਹੀ ਵੀ ਕੀ ਕਰੈਕਟਰ ਹੋਣੇ ਚਾਹੀਦੇ ਸਾਹੀਵਾਲ ਦੇ, ਜਾਂ ਆਪਾਂ ਨੂੰ ਜਿਵੇਂ ਰੰਗ ਦਾ ਪਤਾ ਹੈ ਜਿਵੇਂ ਥੋੜੇ ਕਰੈਕਟਰ ਆ ਗਏ ਸਾਹੀਵਾਲ 'ਚ, ਸਹੀ ਹੈ, ਅਤੇ ਆਪਣੇ ਹੱਥੇ ਤਾਂ ਸਾਹੀਵਾਲੀ ਹੈ ਜੀ, ਅੱਗੋਂ ਆਪਦਾ ਵੇਖ ਲਈ ਜਾਣ ਕੇ। ਸੋ ਦੱਸੋ ਇਹ ਗਾ ਫੋਰ ਸੇਲ ਹੈ ਇੱਕ। ਸੋ ਦੱਸੋ ਇਸ ਤੋਂ ਬਾਅਦ 'ਚ ਆਪਾਂ ਹੁਣ ਗੱਲ ਕਰਾਂਗੇ ਇਸ ਝੋਟੀ ਬਾਰੇ। ਪਹਿਲਾਂ ਇਹਦੀ ਤੁਸੀਂ ਬਣਤਰ ਦੇਖ ਲਓ, ਸਿੰਗ ਦਾ ਡਿਜ਼ਾਇਨ ਦੇਖ ਸਕਦੇ ਹੋ, ਹਾਈਟ ਲੈਂਥ ਦੀ ਜੱਜਮੈਂਟ ਕਰ ਲਿਓ। ਫੁੱਲ ਉੱਚੀ ਲੰਬੀ ਝੋਟੀ ਹੈ, ਆਓ ਇਹਦੀ ਡਿਟੇਲ ਪੁੱਛੀਏ। ਹਰਮਨ ਬਾਈ, ਜਿਹੜੀ ਇਹ ਝੋਟੀ ਆਪਾਂ ਲਾਸਟ ਉੱਤੇ ਦਿਖਾ ਰਹੇ ਹਾਂ, ਹਾਂਜੀ ਵੀਰ ਜੀ, ਕਿਨਵਾਂ ਸੂਆ? ਸੂਆ ਪਹਿਲਾਂ ਵੀਰ ਜੀ। ਦੰਦੋ ਕਿਵੇਂ ਹੈ? ਦੰਦੋ 4 ਦੰਦ ਜੀ। ਕਨਫਰਮ ਹੈ? ਦੇਖੇ ਵੇ? ਹਾਂਜੀ ਹਾਂਜੀ ਹਾਂਜੀ। ਠੀਕ ਹੈ, ਕਿਹੜੇ ਬੁੱਲ ਦੀ ਆਪ? ਇਹ ਆ ਮੋਦੀ ਦੀ ਹੈ ਜੀ। ਮੋਦੀ ਦੀ? ਹਾਂਜੀ। ਅਤੇ ਗੱਬਣ ਕਿਹੜੇ ਤੋਂ? ਸੁਲਤਾਨ ਤੋਂ ਗੱਬਣ ਵੀਰ ਜੀ। ਇਹ ਉਹਨਾਂ ਭਰਾਵਾਂ ਨੇ ਦੱਸੀ ਵੀ ਡਿਟੇਲ ਆਪਾਂ? ਹਾਂਜੀ ਹਾਂਜੀ, ਉਹਨਾਂ ਨੇ ਆਪ ਦੱਸੀ ਹੈ ਜੀ ਡਿਟੇਲ, ਜਿਹੜੀ ਮਾਲਕਾਂ ਨੇ ਜੀ। ਠੀਕ ਹੈ। ਅਤੇ ਕਿਉਂਕਿ ਪਸ਼ੂ ਜਾਨਵਰ ਰੱਖੇ ਵੀ ਚੰਗੇ, ਮਾਂ ਉਹਨਾਂ ਦੇ ਕੋਲ ਹੈਗੀ ਆ ਜਿਹੜੀ ਇਹਦੀ ਮਾਂ ਹੈਗੀ? ਹਾਂ ਮਾਂ ਹੈਗੀ ਹੈ ਜੀ। ਸੋ ਦੱਸੋ ਵੇਖੋ ਤੁਸੀਂ, ਪਹਿਲਾਂ ਮੋਦੀ ਬੁੱਲ ਦੀ ਧੀ ਬਾਈ ਕਹਿੰਦਾ ਮਾਲਕਾਂ ਨੇ ਦੱਸਿਆ 4 ਦੰਦ ਹੈ, ਸੁਲਤਾਨ ਤੋਂ ਗੱਬਣ ਹੈ, ਥਣ ਅਤੇ ਥਣ ਦਾ ਸਹਿਜ ਇਹ ਪਹਿਲਣਾ ਦਾ ਨਿਖਰਨਾ ਹੁੰਦਾ ਜਦੋਂ ਚੁਆਈ 'ਤੇ ਆਊਗੀ। ਬਾਕੀ ਹਰਮਨੀ ਨੂੰ ਹਲਾਈ ਮੜਾ, ਉੱਤੋਂ ਹਵਾਨੇ ਦੀ ਚੜਾਈ ਫੁੱਲ ਹੈ ਹਜੇ। ਹਰਮਨੇ ਦਿਨ ਕਿੰਨੇ ਲਓ ਬਾਈ? ਦਿਨੇ ਦੇ 5 ਤੋਂ 7 ਦਿਨ ਪੈਣੇ ਹਜੇ ਵੀਰ ਜੀ। 5-7 ਦਿਨ ਹਜੇ ਲਓਗੇ? ਮਾੜੀ ਪੂਛ ਫੜ ਲਓ ਬਾਈ, ਆਪ ਹੀ ਹਿੱਲ ਜਾਂਦੇ ਨੇ। ਸੋ ਦੱਸੋ ਵੱਡੇ ਢਾਂਚੇ ਦੀ ਝੋਟੀ ਦੇਖੋ, ਹਵਾਨਾ ਕਿੰਨਾ ਕੁ ਬਣਾਊਗੀ, ਤੁਰਦੀ ਜਦੋਂ ਸਾਈਡ ਨੂੰ ਜਾਣ ਲੱਗੀ ਉਦੋਂ ਤੁਸੀਂ ਇਹਦੀ ਚੁੜਾਈ ਹਵਾਨੇ ਦੀ ਨੋਟ ਕਰ ਲਿਓ। ਖੋਲੀ ਬਾਈ ਨੂੰ। ਸੋ ਮੋਦੀ ਬੁੱਲ ਦੀ ਧੀ ਬਾਈ ਕਹਿੰਦਾ ਮਾਲਕਾਂ ਨੇ ਦੱਸੀ ਹੈ, ਅਤੇ ਸੂਆ ਇਹਦਾ ਪਹਿਲਾ, ਇਹ ਦੰਦਾਂ ਦੇ ਵਿੱਚ 4 ਦੰਦ ਝੋਟੀ ਹੈ। ਢਾਂਚੇ ਦੀ ਬਣਾਵਟ ਬੜੀ ਚੰਗੀ, ਕੱਦ ਕਾਠ ਫੁੱਲ ਹੈ, ਸਿੰਗ ਸੋਹਣੇ ਦੀ ਹੈ। ਬੁੱਲ ਆਪ ਵੀ ਮੋਦੀ ਇੰਨਾ ਕੁ ਉੱਚਾ ਲੰਬਾ ਦੱਸੋ, ਅਤੇ ਨੈਚੁਰਲੀ ਹੈ ਝੋਟੀ ਦਾ ਕੱਦ ਵੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇਸ ਟਾਈਮ ਵੀ ਇਹ ਕਿੰਨੀ ਉੱਚੀ ਹੋਊਗੀ। ਬਿਊਟੀ ਸਿੰਗਾਂ 'ਚ ਵੀ ਹੈ, ਸਟਰਕਚਰ 'ਚ ਵੀ ਹੈ। ਬਾਕੀ ਜਿਹੜਾ ਥਣ ਦਾ ਸਾਈਜ ਹੈ ਦੋਨਾਂ ਸਾਈਡ ਤੋਂ ਤੁਹਾਨੂੰ ਦਿਖਾਤਾ, ਕੋਸ਼ਿਸ਼ ਕੀਤੀ ਹੈ ਬੈਕ ਸਾਈਡ ਤੋਂ ਹਵਾਨਾ ਵੀ ਤੁਹਾਨੂੰ ਪ੍ਰੋਪਰ ਦਿਖਾਉਣ ਦੀ। ਬਾਕੀ ਜਿਹੜਾ ਭਰਾ ਰਕਮ ਲਾਉਣੀ ਚਾਹੁੰਦਾ ਕਿਸੇ ਚੰਗੇ ਪਸ਼ੂ 'ਤੇ, ਅਤੇ ਉਹਦਾ ਹੱਕ ਹੈ ਵੀ ਆ ਕੇ ਜ਼ਰੂਰ ਦੇਖੇ। ਹਰਮਨ ਘੁਮਾ ਲਾ ਬਈ, ਲੈ ਚੱਲ ਲਓ ਜੀ। ਸੋ ਇਹ ਝੋਟੀ ਦੋਸਤੋ, ਪਹਿਲਣ 4 ਦੰਦ, ਹਵਾਨਾ ਹੁਣ ਵੀ ਚੰਗਾ ਦਿਖਾਉਂਦੀ ਹੈ, ਜੇ 5-7 ਦਿਨ ਇਹ ਝੋਟੀ ਨੇ ਲੈਣੇ ਹੈ ਕਿਉਂਕਿ ਅਜੇ ਪੁੜਾ ਨਹੀਂ ਨਿਵਿਆ। ਬਾਕੀ ਇਹ ਵੀ ਗੱਲ ਐਡ ਹੋ ਜਾਂਦੀ ਹੁੰਦੀ ਹੈ, ਪਹਿਲਣ ਮੱਝ ਹੈ ਜਾਂ ਗਾਂ, ਕਈ ਵਾਰਾਂ ਓਪਰਾ ਕਰਕੇ ਜਾਂ ਵਹੀਕਲ 'ਤੇ ਚੜ੍ਹਨ ਨਾਲ ਬੱਚਾ ਹਿੱਲਣ ਕਰਕੇ ਪਹਿਲਾਂ ਸੂ ਸਕਦਾ ਹੁੰਦਾ। ਪਰ ਜੋ ਚੀਜ਼ ਬਾਈ ਦੱਸ ਰਿਹਾ ਉਹਦੇ ਹਿਸਾਬ 'ਤੇ ਮੈਂ ਅੱਗੇ ਗੱਲਾਂ ਤੁਹਾਡੇ ਨਾਲ ਕਰ ਰਿਹਾ ਵੀ ਹਜੇ 5-7 ਦਿਨ ਲਊਗੀ। ਸਰੀਰ ਇਹਦਾ ਫੁੱਲ ਸੰਭੀ ਵੀ ਝੋਟੀ, ਅਤੇ ਨਾਲ ਨਾੜਾਂ ਵੀ ਬਰੀਕ ਬਰੀਕ ਇਹਦੀ ਚਮੜੀ ਦੇ ਵਿੱਚ ਉੱਪਰਲੇ ਪਾਸੇ ਜਦੋਂ ਅਗਲੀਆਂ ਲੱਤਾਂ ਦੇ ਉੱਪਰ ਨੂੰ ਜਾਵਾਂਗੇ ਤਾਂ ਉੱਥੋਂ ਦਿਸਦੀਆਂ। ਸੋ ਜਦੋਂ ਦੁੱਧ 'ਤੇ ਆਊਗੀ ਫਿਰ ਹੋਰ ਅੰਗ ਪੈਰ ਦੀ ਇਹ ਨਿਖਰੂਗੀ, ਕਿਉਂਕਿ ਬਣਾਵਟ ਚੰਗੀ ਜਿੱਥੇ ਖਿਲਾਰ ਦਈਏ ਉੱਥੇ ਖੜ ਜਾਂਦੀ ਹੈ ਜੀ। ਠੀਕ ਹੈ, ਜਿਵੇਂ ਆਪਾਂ ਮੇਲਿਆਂ 'ਚ ਜਾਈਦਾ ਝੋਟੀਆਂ ਵੇਖੀ ਦੀਆਂ ਜੀ, ਉਸ ਤਰ੍ਹਾਂ ਹੀ ਹੈ ਜਿਵੇਂ ਵੀ। ਠੀਕ ਹੈ। ਸੋ ਦੱਸੋ ਖੜਨੀ ਖੁੜਨੀ ਵੀ ਬਾ ਕਮਾਲ ਹੈ, ਅਤੇ ਢਾਂਚੇ ਦੀ ਵੀ ਬੜੀ ਸੋਹਣੀ। ਹਵਾਨੇ 'ਚ ਹਜੇ ਸਪੇਸ ਫੁੱਲ ਪਈ ਹੈ, ਜਦੋਂ ਤੁਰਦੀ ਹੈ ਉਦੋਂ ਪੂਰਾ ਹਵਾਨਾ ਦਿਸਦਾ, ਜਦੋਂ ਆਸੇ ਪਾਸੇ ਨੂੰ ਜਾਂਦੀ ਹੈ ਉਦੋਂ ਪੂਰਾ ਹਵਾਨਾ ਦਿਸਦਾ। ਲੈ ਚੱਲ ਹਰਮਨ ਬੰਨਦੇ ਬਾਈ। ਸੋ ਇਹ ਪਹਿਲਣ ਝੋਟੀ ਦੱਸੋ, ਅਤੇ ਇਹ ਤੋਂ ਬਿਨਾਂ 2 ਨਾਗ ਹੋਰ ਤੁਹਾਨੂੰ ਦਿਖਾਤੇ ਹੈ। ਸੋ ਜਿਹੜਾ ਪਸ਼ੂ ਜੱਚ ਗਿਆ ਉਹਦੀ ਤਸੱਲੀ ਕਰ ਲਿਓ, ਆ ਕੇ ਨੰਬਰ ਸਕਰੀਨ ਉੱਤੇ ਵੀਰ ਦਾ ਚੱਲੀ ਜਾਂਦਾ। ਧੰਨਵਾਦ।